ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਮੌਸਮ ਵਿਭਾਗ ਪੰਜਾਬ ਦੇ ਵੱਲੋਂ ਅੱਜ ਭਵਿੱਖਬਾਣੀ ਕੀਤੀ ਗਈ ਹੈ ਕਿ 5, 6 ਅਤੇ 7 ਮਾਰਚ ਯਾਨੀ ਕਿ 3 ਦਿਨ ਪੰਜਾਬ ਦੇ ਵਿੱਚ ਬੱਦਲਵਾਈ ਰਹਿਣੀ ਹੈ। ਕਈ ਥਾਵਾਂ ਦੇ ਉੱਤੇ ਗੜੇ ਪੈਣ ਦੀ ਸੰਭਾਵਨਾ ਅਤੇ ਪ੍ਰਤੀ ਘੰਟਾ 35 ਤੋਂ ਲੈ ਕੇ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਧੂੜ ਭਰੀ ਹਨੇਰੀ ਚੱਲਣੀ ਹੈ। ਸੋ ਇਹ ਕਿੰਨੀ ਕੁ ਭਵਿੱਖਬਾਣੀ ਸਹੀ ਸਾਬਤ ਹੁੰਦੀ ਵਕਤ ਦੱਸੂਗਾ। ਪਰ ਜੰਮੂ ਕਸ਼ਮੀਰ ਦੇ ਵਿੱਚ ਤੇਜ਼ ਬਰਫ਼ਬਾਰੀ ਦੀਆਂ ਖਬਰਾਂ ਪ੍ਰਾਪਤ ਹੋਈਆਂ ਕਿ ਇਹ ਬਰਫ਼ਬਾਰੀ ਹੋ ਸਕਦੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਾੜੀ ਖੇਤਰਾਂ ਦੇ ਵੱਲ ਚੋਖਾ ਮੀਂਹ ਪੈ ਜਾਣਾ, ਜਿਹਦੇ ਕਰਕੇ ਮੈਦਾਨੀ ਖੇਤਰਾਂ ਦੇ ਉੱਤੇ ਵੀ ਇਹਦਾ ਅਸਰ ਪੈਣਾ ਅਤੇ ਅੰਦਾਜ਼ਾ ਇਹ ਪੇਸ਼ ਕੀਤਾ ਗਿਆ ਕਿ ਜੇਕਰ ਮੀਂਹ ਅਤੇ ਗੜੇ ਪੰਜਾਬ ਦੇ ਵਿੱਚ ਪੈਂਦੇ ਆ, ਇੱਕ ਵਾਰ ਫਿਰ ਠੰਡ ਦੀ ਆਮਦ ਹੋਊਗੀ ਅਤੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵੈਸੇ ਇਹ ਵੀ ਦੱਸਣਾ ਬਣਦਾ, ਜਿਹੜਾ ਕਿ ਇਸ ਵਿਸ਼ੇ ਤੋਂ ਥੋੜ੍ਹੀ ਜਿਹੀ ਵੱਖਰੀ ਗੱਲ ਹੈ, ਕਿ ਪਿਛਲੀ ਵਾਰ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਕਿਸਾਨ ਐਤਕੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਅਤੇ ਇੱਦਾਂ ਹੀ ਕਣਕ ਦੀ ਬਿਜਾਈ ਕਰ ਦੇਣਗੇ, ਉਹਨਾਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਅਸੀਂ 100 ਰੁਪਈਆ ਦੇਵਾਂਗੇ ਬੋਨਸ ਦੇ ਤੌਰ ਦੇ ਉੱਤੇ, ਮੁਆਵਜ਼ੇ ਦੇ ਤੌਰ ਦੇ ਉੱਤੇ। ਪਰ ਜਿਹੜੇ ਕਿਸਾਨਾਂ ਨੇ ਇੱਦਾਂ ਸਿੱਧੀ ਹੀ ਬਿਜਾਈ ਕਰ ਦਿੱਤੀ ਸੀ ਕਣਕ ਦੀ, ਉਹਨਾਂ ਦੀ ਕਣਕ ਦੀ ਫਸਲ ਆ ਜਿਹੜੀ ਉਹ ਇਸ ਵਕਤ ਸੁੰਡੀ ਦੀ ਮਾਰ ਦੇ ਵਿੱਚ ਹੈ। ਉਹ ਕਿਸਾਨ ਪਹਿਲਾਂ ਹੀ ਲੱਕ ਟੁੱਟਿਆ ਮਹਿਸੂਸ ਕਰ ਰਹੇ ਆ, ਉੱਤੋਂ ਜੇਕਰ ਹੁਣ ਮੀਂਹ ਅਤੇ ਗੜੇ ਪੈ ਜਾਂਦੇ ਆ, ਉਹਨਾਂ ਦਾ ਬੁਰਾ ਹਾਲ ਹੋਣਾ ਕੁਦਰਤੀ ਹੈ। ਸੋ ਵਕਤ ਦੱਸੂਗਾ ਕੀ ਬਣਦਾ ਇਸ ਮਾਮਲੇ ਦੇ ਵਿੱਚ। ਅਤੇ ਜੇਕਰ ਪਹਿਲੀ ਵੱਡੀ ਖਬਰ ਦੇ ਬਾਰੇ ਜਾਣੇ ਆ ਤਾਂ ਉਹ ਇਸ ਵਕਤ ਹੈ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ। ਪੂਰੇ ਭਾਰਤ ਦੇ ਵਿੱਚ ਇਸ ਵਕਤ ਸਹਿਮ ਦਾ ਪਸਾਰਾ ਹੋਇਆ ਪਿਆ, ਹਰ ਪਾਸੇ ਕੋਰੋਨਾ ਵਾਇਰਸ ਦੀ ਦਹਿਸ਼ਤ ਹੈ। ਹਰ ਪਾਸੇ ਦੁਕਾਨਾਂ ਦੇ ਉੱਤੇ, ਖਾਸ ਕਰਕੇ ਜਿਹੜੀਆਂ ਕੈਮਿਸਟ ਸ਼ੋਪ ਹੈ ਉਹਨਾਂ ਦੇ ਉੱਤੇ ਮਾਸਕ ਖਰੀਦਣ ਵਾਲਿਆਂ ਦੀ ਹੁਣ ਗਿਣਤੀ ਵੱਧ ਰਹੀ ਹੈ। ਅੱਜ ਜਲੰਧਰ ਦੇ ਵਿੱਚ ਮੈਂ ਨਿੱਜੀ ਤੌਰ ਦੇ ਉੱਤੇ ਦੇਖਿਆ ਕਿ 15-20 ਲੋਕ ਆ ਜਿਹੜੇ ਉਹ ਭੀੜ ਭਰੇ ਬਾਜ਼ਾਰ ਦੇ ਵਿੱਚ, ਖਾਸ ਕਰਕੇ ਰੈਣਕ ਬਾਜ਼ਾਰ ਅਤੇ ਕੁਝ ਕੁ ਹੋਰ ਇਲਾਕੇ ਜਿਹੜੇ ਉੱਥੇ ਮਾਸਕ ਪਹਿਨ ਕੇ ਫਿਰ ਰਹੇ ਸੀ। ਯਾਨੀ ਕਿ ਪੰਜਾਬ ਦੇ ਵਿੱਚ ਵੀ ਹੁਣ ਕੋਰੋਨਾ ਵਾਇਰਸ ਦੀ ਦਹਿਸ਼ਤ ਆ ਜਿਹੜੀ ਉਹ ਮਹਿਸੂਸ ਕੀਤੀ ਜਾ ਰਹੀ ਹੈ। ਮੋਗੇ ਤੋਂ ਪਤਾ ਲੱਗਾ ਕਿ ਇੱਕ ਮਰੀਜ਼ ਜਿਹੜਾ ਕਿ ਸ਼ੱਕੀ ਸੀ ਉਹ ਹਸਪਤਾਲ ਦੇ ਵਿੱਚੋਂ ਅਚਾਨਕ ਭੱਜ ਗਿਆ। ਬਾਅਦ ਦੇ ਵਿੱਚ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨੂੰ ਕਾਬੂ ਕੀਤਾ ਗਿਆ। ਹੁਣ ਉਹਦਾ ਸੈਂਪਲ ਲੈ ਕੇ ਖੂਨ ਦਾ ਉਹ ਭੇਜਿਆ ਗਿਆ ਪੁਣੇ ਦੀ ਲੈਬੋਰਟਰੀ ਦੇ ਵਿੱਚ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ 2 ਸ਼ੱਕੀ ਮਰੀਜ਼ ਆ ਜਿਹੜੇ ਉਹ ਪ੍ਰਾਪਤ ਹੋਏ ਆ। ਸੋ ਉਹਨਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਆ, ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ। ਪਰ ਪੰਜਾਬ ਦੇ ਸਿਹਤ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਤੋਂ ਪੰਜਾਬ ਦੇ ਲੋਕਾਂ ਨੂੰ ਹਾਲ ਦੀ ਘੜੀ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਸਿਹਤ ਵਿਭਾਗ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਵਿੱਚ ਹਾਲੇ ਤੱਕ ਇਸ ਬਿਮਾਰੀ ਦੇ ਨਾਲ ਪੀੜਿਤ, ਕੋਰੋਨਾ ਵਾਇਰਸ ਤੋਂ ਪੀੜਿਤ ਕੋਈ ਵੀ ਮਰੀਜ਼ ਨਹੀਂ ਪਾਇਆ ਗਿਆ। ਪਰ ਕਿਉਂਕਿ ਜੇਕਰ ਕੋਈ ਬਿਮਾਰੀ ਫੈਲਦੀ ਹੈ ਤਾਂ ਉਹ ਪੰਜਾਬ ਨੂੰ ਵੀ ਆਪਣੇ ਲਪੇਟੇ ਦੇ ਵਿੱਚ ਲੈ ਸਕਦੀ ਹੈ, ਬਾਕੀ ਸਾਰੇ ਸੂਬੇ ਦੇ ਲੋਕਾਂ ਨੂੰ ਜੇਕਰ ਲਪੇਟੇ ਦੇ ਵਿੱਚ ਲੈ ਰਹੀ ਹੈ ਹੌਲੀ ਹੌਲੀ, ਤਾਂ ਇਹਦੇ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਵਿਚਾਰ ਪਾਏ ਜਾ ਰਹੇ ਆ। ਪਰ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਅਫਵਾਹਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਅਫਵਾਹਾਂ ਫੈਲਾਉਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਕਈ ਲੋਕ ਜਾਣਬੁੱਝ ਕੇ ਕਹਿ ਦਿੰਦੇ ਆ, ਜੇਕਰ ਕਿਸੇ ਨੂੰ ਥੋੜ੍ਹਾ ਜਿਹਾ ਵੀ ਤਾਪ ਚੜਿਆ ਹੋਵੇ, ਬੁਖਾਰ ਚੜਿਆ ਹੋਵੇ ਤਾਂ ਉਹਦੇ ਬਾਬਤ ਅਫਵਾਹ ਫੈਲਾ ਰਹੇ ਆ। ਸੋਸ਼ਲ ਮੀਡੀਆ ਦੇ ਉੱਤੇ ਕਹਿ ਰਹੇ ਆ ਕਿ ਫਲਾਣਾ ਸਿੰਘ ਨੂੰ ਵੀ ਕੋਰੋਨਾ ਵਾਇਰਸ ਆ ਜਿਹੜਾ ਉਹ ਪਾਇਆ ਗਿਆ। ਸੋ ਇਸ ਕਰਕੇ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਕਿਸੇ ਦੀ ਇੱਜ਼ਤ ਨੂੰ ਸਨਮਾਨ ਨੂੰ ਸੱਟ ਨਹੀਂ ਮਾਰਨਾ ਚਾਹੀਦਾ। ਇਹ ਇੱਕ ਗੰਭੀਰ ਮੁੱਦਾ ਅਤੇ ਇਹਦੇ ਨਾਲ ਅਸੀਂ ਗੰਭੀਰਤਾ ਦੇ ਨਾਲ ਚਿੰਤਨ ਕਰਕੇ ਹੀ ਕਿਸੇ ਦੀ ਮਦਦ ਕਰ ਸਕਦੇ ਹਾਂ। ਅਤੇ ਇਸ ਮਾਮਲੇ ਦੇ ਉੱਤੇ ਜਿੰਨੀ ਵੀ ਕਿਸੇ ਦੀ ਮਦਦ ਹੋ ਸਕਦੀ ਹੈ ਉਹ ਕਰਨੀ ਚਾਹੀਦੀ ਹੈ। ਅਤੇ ਦੂਜੀ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਵੱਡੀ ਲੋੜ ਹੈ। ਪਹਿਲਾਂ ਉਹ ਰਿਪੋਰਟ ਸਾਂਝੀ ਕਰਦੇ ਹਾਂ ਜਿਹੜੀ ਸਾਡੇ ਤੱਕ ਪਹੁੰਚੀ ਹੈ ਸਿਹਤ ਵਿਭਾਗ ਦੇ ਹਵਾਲੇ ਨਾਲ। ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਵੱਡੇ ਯਤਨ ਕਰਨ ਦੀ ਗੱਲ ਕਹੀ ਗਈ ਹੈ, ਭਾਰਤ ਦੇ ਵਿੱਚ ਕਿੰਨੇ ਮਰੀਜ਼ ਹੁਣ ਤੱਕ ਪਾਏ ਗਏ ਹੈ, ਜੋ ਜੈਪੁਰ ਦੇ ਵਿੱਚ ਪਹੁੰਚੇ ਸੀਗੇ ਲੋਕ ਉਹਨਾਂ ਦੇ ਵਿੱਚੋਂ 15 ਲੋਕ ਕਿਵੇਂ ਇਸ ਵਾਇਰਸ ਤੋਂ ਪੀੜਿਤ ਪਾਏ ਗਏ ਆ, ਇਹਦਾ ਪਹਿਲਾਂ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਤੋਂ ਪੀੜਿਤ ਮਰੀਜ਼ਾਂ ਦੀ ਗਿਣਤੀ ਪਿਛਲੇ 2 ਦਿਨਾਂ ਦੇ ਵਿੱਚ ਵੱਧ ਕੇ 25 ਹੋ ਗਈ ਹੈ। ਸੋਮਵਾਰ ਨੂੰ 2 ਅਤੇ ਮੰਗਲਵਾਰ ਨੂੰ 8 ਮਰੀਜ਼ ਪੋਜ਼ੀਟਿਵ ਪਾਏ ਗਏ ਸਨ। ਬੁੱਧਵਾਰ ਨੂੰ 15 ਹੋਰ ਲੋਕ ਜੋ ਕਿ ਇਟਲੀ ਤੋਂ ਪਰਤੇ ਨੇ ਉਹਨਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਵਿਸ਼ਾਣੂਆਂ ਦਾ ਪਤਾ ਲੱਗਾ। ਇਸ ਤੋਂ ਪਹਿਲਾਂ 3 ਮਰੀਜ਼ ਫਰਵਰੀ ਦੇ ਵਿੱਚ ਸਾਹਮਣੇ ਆਏ ਸਨ। ਇਸ ਤਰ੍ਹਾਂ ਦੇਸ਼ ਦੇ ਵਿੱਚ ਪਿਛਲੇ 1 ਮਹੀਨੇ ਦੇ ਅੰਦਰ ਕੋਰੋਨਾ ਵਾਇਰਸ ਦੇ 28 ਮਾਮਲੇ ਸਾਹਮਣੇ ਆਏ ਨੇ। ਸੰਕਰਮਣ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਰਕਾਰ 19 ਨਵੀਆਂ ਲੈਬੋਰਟਰੀਆਂ ਸ਼ੁਰੂ ਕਰਨ ਜਾ ਰਹੀ ਹੈ। ਈਰਾਨ ਦੇ ਵਿੱਚ ਫਸੇ ਜੋ ਭਾਰਤੀ ਦੇਸ਼ ਪਰਤਣਾ ਚਾਹੁੰਦੇ ਨੇ ਉਹਨਾਂ ਦੀ ਜਾਂਚ ਪੜਤਾਲ ਤੋਂ ਬਾਅਦ ਸਰਕਾਰ ਉੱਥੇ ਹੀ ਲੈਬੋਰਟਰੀ ਬਣਾਏਗੀ। ਇਸ ਦੇ ਲਈ 4 ਵਿਗਿਆਨੀ ਤਹਿਰਾਨ ਦੇ ਵਿੱਚ ਭੇਜੇ ਜਾਣਗੇ। ਸਰਕਾਰ ਨੇ ਹੁਣ ਤੱਕ ਸਾਰੇ ਦੇਸ਼ਾਂ ਦੇ ਵਿੱਚੋਂ ਆਉਣ ਵਾਲੀਆਂ ਉਡਾਣਾਂ ਅਤੇ ਉਹਨਾਂ ਦੇ ਵਿੱਚ ਸਵਾਰ ਯਾਤਰੀਆਂ ਦੀ ਏਅਰਪੋਰਟ ਦੇ ਉੱਤੇ ਹੀ ਸਕਰੀਨਿੰਗ ਕਰਨ ਦਾ ਫੈਸਲਾ ਕੀਤਾ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਉਹ ਇਸ ਵਾਰ ਹੋਲੀ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈਣਗੇ। ਕੇਰਲ ਦੇ 3 ਮਰੀਜ਼ਾਂ ਦੇ ਬਾਬਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਵਿਦੇਸ਼ ਯਾਤਰਾ ਕਰਕੇ ਭਾਰਤ ਪਰਤੇ ਸਨ। ਤਿੰਨੋਂ ਹੀ ਕੇਰਲ ਦੇ ਨੇ। ਇਹਨਾਂ ਦੀ ਪੁਸ਼ਟੀ
ਫਰਵਰੀ ਮਹੀਨੇ ਦੇ ਵਿੱਚ ਹੋਈ ਸੀ, ਹੁਣ ਇਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਦਿੱਲੀ ਦਾ ਇੱਕ ਮਰੀਜ਼ ਆ ਜੋ ਉਹ ਇਟਲੀ ਤੋਂ ਭਾਰਤ ਪਰਤਿਆ ਸੀ, ਉਸ ਦਾ ਇਲਾਜ ਕੀਤਾ ਜਾ ਰਿਹਾ। ਆਗਰਾ ਦੇ 6 ਮਰੀਜ਼ ਨੇ ਇਟਲੀ ਤੋਂ ਦਿੱਲੀ ਪਰਤੇ, ਇਹ ਵਿਅਕਤੀ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਸਨ, ਇਸ ਕਰਕੇ ਇਹ ਹੁਣ ਪੀੜਿਤ ਪਾਏ ਗਏ ਨੇ। ਤੇਲੰਗਾਨਾ ਦਾ ਇੱਕ ਮਰੀਜ਼ ਜਿਹੜਾ ਕਿ ਇਟਲੀ ਤੋਂ ਪਰਤਿਆ, ਉਸ ਦੇ ਸੰਪਰਕ ਦੇ ਵਿੱਚ ਆਏ 88 ਮਰੀਜ਼ਾਂ ਨੂੰ ਵੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ। ਜੈਪੁਰ ਦੇ 17 ਮਰੀਜ਼ ਨੇ, ਇਹਦੇ ਵਿੱਚੋਂ 16 ਮਰੀਜ਼ ਇਟਲੀ ਤੋਂ ਆਏ ਨੇ ਅਤੇ ਰਾਜਸਥਾਨ ਦੇ 6 ਜ਼ਿਲ੍ਹਿਆਂ ਦੇ ਵਿੱਚ 8 ਦਿਨ ਤੱਕ ਘੁੰਮੇ ਨੇ। ਇੱਕ ਭਾਰਤੀ ਡਰਾਈਵਰ ਵੀ ਇਹਨਾਂ ਦੇ ਨਾਲ ਸੀ ਜੋ ਇਹਨਾਂ ਨੂੰ ਵੱਖ ਵੱਖ ਥਾਵਾਂ ਦੇ ਉੱਤੇ ਲੈ ਕੇ ਗਿਆ। ਇਸ ਤਰ੍ਹਾਂ ਕੁੱਲ 17 ਲੋਕਾਂ ਦੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹਨਾਂ ਦਾ ਦਿੱਲੀ ਦੇ ITBP ਕੈਂਪ ਦੇ ਵਿੱਚ ਇਲਾਜ ਚੱਲ ਰਿਹਾ। ਇਹਨਾਂ ਵਿੱਚੋਂ ਇੱਕ ਮਰੀਜ਼ ਜੈਪੁਰ ਦੇ ਜਿਸ ਹਸਪਤਾਲ ਦੇ ICU ਦੇ ਵਿੱਚ ਭਰਤੀ ਸੀ, ਉੱਥੇ 60 ਹੋਰ ਮਰੀਜ਼ ਵੀ ਸਨ। ਇਹਨਾਂ ਮਰੀਜ਼ਾਂ ਨੂੰ ਖਤਰਾ ਨਾ ਹੋਵੇ, ਇਸ ਕਰਕੇ ਵੱਖਰੇ ਤੌਰ ਦੇ ਉੱਤੇ ਰੱਖਿਆ ਗਿਆ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਬੁੱਧਵਾਰ ਨੂੰ ਸੰਸਦ ਦੇ ਵਿੱਚ ਇੱਕ ਸਵਾਲ ਦਾ ਉੱਤਰ ਦਿੱਤਾ ਕਿ ਵਿਦੇਸ਼ਾਂ ਦੇ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ 17 ਭਾਰਤੀ ਮੌਜੂਦ ਨੇ, ਇਹਦੇ ਵਿੱਚੋਂ 16 ਲੋਕ ਜਪਾਨ ਦੀ ਕਰੂਜ਼ ਸ਼ਿਪ 'ਤੇ ਨੇ। ਦੂਜੇ ਪਾਸੇ ਕਈ ਲੋਕ ਇਸ ਮਾਮਲੇ ਦੇ ਵਿੱਚ ਪੀੜਤ ਦੁਬਈ ਦੇ ਵਿੱਚ ਵੀ ਨੇ। ਸਰਕਾਰ ਹੁਣ ਤੱਕ 723 ਮਰੀਜ਼ਾਂ ਨੂੰ ਚੀਨ ਤੋਂ ਲਿਆ ਚੁੱਕੀ ਹੈ। ਇਸ 'ਤੇ ਏਅਰ ਇੰਡੀਆ ਦਾ 6 ਕਰੋੜ ਰੁਪਇਆ ਖਰਚ ਹੋਇਆ। ਇਸ ਤਰ੍ਹਾਂ ਜਪਾਨ ਦੇ ਕਰੂਜ਼ ਜਹਾਜ਼ਾਂ ਦੇ ਵਿੱਚ 119 ਭਾਰਤੀਆਂ ਨੂੰ ਲਿਆਂਦਾ ਜਾ ਚੁੱਕਿਆ। ਈਰਾਨ ਦੇ ਵਿੱਚ ਮੌਜੂਦ ਭਾਰਤੀਆਂ ਦੇ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਈਰਾਨ ਦੇ ਵਿੱਚ ਫਸੇ ਜੋ ਭਾਰਤੀ ਦੇਸ਼ ਪਰਤਣਾ ਚਾਹੁੰਦੇ ਨੇ, ਉਹਨਾਂ ਦੀ ਜਾਂਚ ਪੜਤਾਲ ਦੇ ਲਈ ਉੱਥੇ ਹੀ ਇੱਕ ਲੈਬੋਰਟਰੀ ਬਣਾਈ ਜਾਵੇਗੀ। ਇਸ ਵਾਸਤੇ 4 ਵਿਗਿਆਨੀ ਉੱਥੇ ਭੇਜੇ ਜਾ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਇਸ ਮਾਮਲੇ ਦੇ ਵਿੱਚ ਹਾਲ ਦੀ ਕੜੀ ਬਚਿਆ ਹੋਇਆ, ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਖਬਰਾਂ ਆਉਂਦੀਆਂ, ਕਦੇ ਖਬਰ ਆਉਂਦੀ ਹੈ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਇੱਕ ਵਿਅਕਤੀ ਉਤਰਿਆ ਜਿਹੜਾ ਕਿ ਵਾਇਆ ਚੀਨ ਆ ਰਿਹਾ ਸੀ। ਉਹ ਚੀਨ ਦੇ ਵਿੱਚ ਥੋੜ੍ਹੀ ਦੇਰ ਠਹਿਰਿਆ ਸੀ ਕਿਉਂਕਿ ਉਹਦੀ ਸਟੇ ਉੱਥੇ ਸੀ, ਉਹ ਕਿਸੇ ਦੇਸ਼ ਦੇ ਵਿੱਚੋਂ ਪਰਤ ਰਿਹਾ ਸੀ। ਪਰ ਜਦੋਂ ਉਹਦੀ ਪੜਤਾਲ ਕੀਤੀ, ਜਦੋਂ ਉਹਦਾ ਬੁਖਾਰ ਦੇਖਿਆ ਤਾਂ ਸ਼ੱਕ ਪਾਇਆ ਗਿਆ ਅਤੇ ਸ਼ੱਕ ਦੇ ਆਧਾਰ ਦੇ ਉੱਤੇ ਉਹਦਾ ਸੈਂਪਲ ਭੇਜਿਆ ਗਿਆ, ਉਹ ਹਸਪਤਾਲ ਦੇ ਵਿੱਚੋਂ ਫਰਾਰ ਹੋ ਗਿਆ। ਕਦੇ ਕਿਸੇ ਥਾਂ ਤੋਂ ਕਦੇ ਕਿਸੇ ਥਾਂ ਤੋਂ ਮਰੀਜ਼ਾਂ ਦੇ ਹਸਪਤਾਲਾਂ ਵਿੱਚੋਂ ਭੱਜਣ ਦੀ ਖਬਰ ਆ ਰਹੀ ਹੈ, ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਨੇ ਅਤੇ ਪੰਜਾਬ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਹਾਲ ਦੀ ਘੜੀ ਇਸ ਵਾਇਰਸ ਤੋਂ ਬਚਿਆ ਹੋਇਆ। ਅਸੀਂ ਅਰਦਾਸ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪੰਜਾਬ ਬਚਿਆ ਹੀ ਰਹੇ। ਵੈਸੇ ਤਾਂ ਕੁੱਲ ਦੁਨੀਆਂ ਦੇ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਨਾ ਆਉਣ, ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਭੰਗ ਦੇ ਭਾਣੇ ਨਾ ਜਾਵੇ, ਇਹੋ ਜਿਹੜੇ ਜਾਨਲੇਵਾ ਵਾਇਰਸ ਆ ਉਹ ਲੋਕਾਂ ਨੂੰ ਖਤਮ ਨਾ ਕਰਨ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਜਿਸ ਤਰੀਕੇ ਦੇ ਨਾਲ ਹੁਣ ਭਾਰਤ ਦੀ ਸਰਕਾਰ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਅਸੀਂ ਇਸ ਮਾਮਲੇ ਦੇ ਉੱਤੇ ਸਖ਼ਤ ਨਿਗਾਹ ਰੱਖ ਰਹੇ ਹਾਂ, ਥਾਂ ਥਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸਿਹਤ ਜਾਂਚ ਕੇਂਦਰ ਬਣਾਏ ਜਾ ਰਹੇ ਆ, ਖਾਸ ਕਰਕੇ ਦੇਸ਼ ਦੁਨੀਆਂ ਦੇ ਵਿੱਚੋਂ ਕਿਤੋਂ ਵੀ ਹਵਾਈ ਜਹਾਜ਼ ਦੇ ਰਾਹੀਂ ਏਅਰਪੋਰਟ ਦੇ ਉੱਤੇ ਕੋਈ ਵਿਅਕਤੀ ਪਹੁੰਚਦਾ, ਭਾਵੇਂ ਉਹ ਭਾਰਤੀ ਹੈ ਅਤੇ ਭਾਵੇਂ ਗੈਰ ਭਾਰਤੀ ਹੈ, ਉਹਦੀ ਸਕਰੀਨਿੰਗ ਕਰਕੇ ਫਿਰ ਹੀ ਉਹਨੂੰ ਬਾਹਰ ਆਉਣ ਦਿੱਤਾ ਜਾਊਗਾ। ਇਹ ਇੱਕ ਵੱਡਾ ਉਦਮ ਹੈ ਜਿਹੜਾ ਕਿ ਕਰਨਾ ਵੀ ਚਾਹੀਦਾ। ਪਰ ਇਸ ਮਾਮਲੇ ਦੇ ਉੱਤੇ ਹੁਣ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਹੈ। ਲੋਕ ਮਰਦੇ ਹੋਣ ਜਾਂ ਲੋਕ ਜਿਉਂਦੇ ਹੋਣ, ਪਰ ਭਾਰਤ ਦੇ ਵਿੱਚ ਰਾਜਨੀਤੀ ਹੋਣੀ ਹੀ ਹੋਣੀ ਹੈ। ਦਿੱਲੀ ਦੇ ਦੰਗਿਆਂ ਦੀ ਗੱਲ ਕਰ ਲਓ, 84 ਦੇ ਕਤਲੇਆਮ ਦੀ ਗੱਲ ਕਰ ਲਵੋ, ਕਿਸੇ ਬਿਮਾਰੀ ਦੀ ਗੱਲ ਕਰ ਲਵੋ, ਕਿਸੇ ਸਮਾਜਿਕ ਅੰਦੋਲਨ ਦੀ ਗੱਲ ਕਰ ਲਵੋ, ਹਰ ਮਸਲੇ ਦੇ ਉੱਤੇ ਰਾਜਨੀਤੀ ਹੁੰਦੀ ਹੈ। ਪਰ ਅੱਜ ਜਿਸ ਤਰੀਕੇ ਨਾਲ ਕਾਂਗਰਸ ਦੇ ਵੱਲੋਂ ਭਾਜਪਾ ਨੂੰ ਘੇਰਿਆ ਗਿਆ, ਉਹਨਾਂ ਨੇ ਕਿਹਾ ਜੀ ਕਿ ਬਾਕੀ ਸਾਰੇ ਮਾਮਲਿਆਂ ਦੇ ਵੱਲੋਂ ਧਿਆਨ ਹਟਾਉਣ ਦੇ ਲਈ ਭਾਜਪਾ ਦੇ ਵੱਲੋਂ ਇਹ ਸਾਰਾ ਕੁਝ ਪ੍ਰਚਾਰਿਆ ਜਾ ਰਿਹਾ। ਇਸੇ ਤਰੀਕੇ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੰਗਿਆਂ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਮਰੇ ਆ, 700 ਲੋਕ ਹਾਲੇ ਵੀ ਇਹਨਾਂ ਦੰਗਿਆਂ ਤੋਂ ਜਿਹੜੇ ਪ੍ਰਭਾਵਿਤ ਹੋਏ ਆ ਉਹ ਇਸ ਵਕਤ ਲਾਪਤਾ, ਉਹਨਾਂ ਦਾ ਪਤਾ ਨਹੀਂ ਵੀ ਉਹ ਕਿੱਧਰ ਗਏ ਆ, ਜਿਉਂਦੇ ਨੇ ਜਾਂ ਮਰ ਗਏ। ਉਹਨਾਂ ਨੇ ਕਿਹਾ ਜੀ ਕਿ ਕੇਂਦਰ ਦੀ ਸਰਕਾਰ, ਭਾਜਪਾ ਦੀ ਸਰਕਾਰ ਇਸ ਮਾਮਲੇ ਤੋਂ ਲੋਕਾਂ ਦਾ ਧਿਆਨ ਪਰੇ ਹਟਾਉਣ ਦੇ ਲਈ TV ਚੈਨਲਾਂ ਦੇ ਆਸਰੇ ਦੇ ਨਾਲ ਕੋਰੋਨਾ ਵਾਇਰਸ ਦੀ ਦਹਿਸ਼ਤ ਪੈਦਾ ਕਰ ਰਹੀ ਹੈ ਤਾਂ ਜੋ ਦਿੱਲੀ ਦੇ ਦੰਗਿਆਂ ਵੱਲੋਂ ਧਿਆਨ ਪਰੇ ਹੋਵੇ। ਅਤੇ ਸਾਰੇ ਇਹ ਗੱਲ ਕਹਿਣ ਜੀ ਕਿ ਹੁਣ ਤਾਂ ਬਸ ਕੋਰੋਨਾ ਵਾਇਰਸ ਆ, ਕੋਰੋਨਾ ਵਾਇਰਸ ਤੋਂ ਬਚੋ, ਕੋਰੋਨਾ ਵਾਇਰਸ ਤੋਂ ਪੀੜਤ ਫਲਾਣੇ ਨੇ, ਕੋਰੋਨਾ ਵਾਇਰਸ ਨੇ ਆਹ ਕਰ ਦੇਣਾ, ਬਸ ਲੋਕਾਂ ਨੂੰ ਉਲਝਾ ਕੇ ਰੱਖ ਦਿੱਤਾ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਇੱਕ ਚੂਹਾ ਵੀ ਮਰ ਜੇ ਤਾਂ ਇਹ ਗੱਲ ਕਹੀ ਜਾਂਦੀ ਹੈ ਜੀ ਕਿ CBI ਦੀ ਜਾਂਚ ਕਰਾਉਣੀ ਚਾਹੀਦੀ ਆ, ਭਾਜਪਾ ਹੀ ਮੰਗ ਕਰਦੇ ਹੁੰਦੇ ਆ। ਪਰ ਜੇਕਰ ਹੁਣ ਦਿੱਲੀ ਦੇ ਵਿੱਚ ਦੰਗਿਆਂ ਦੇ ਕਰਕੇ ਇੰਨੇ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਇੰਨੀ ਵੱਡੀ ਗਿਣਤੀ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ, ਤਾਂ ਹੁਣ ਇਹਦੀ ਕੋਈ CBI ਜਾਂਚ ਨਹੀਂ, ਸਾਰਾ ਕੁਝ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਊਗਾ। ਮਤਲਬ ਕਹਿਣ ਦਾ ਇਹ ਹੈ ਕਿ ਭਾਵੇਂ ਇਹ ਹਊਆ ਬਣਾਇਆ ਹੋਵੇ, ਭਾਵੇਂ ਇਹ ਸੱਚੀ ਮੁੱਚੀ ਭਾਰਤ ਦੇ ਵਿੱਚ ਬਿਮਾਰੀ ਅੱਗੇ ਤੋਂ ਅੱਗੇ ਫੈਲ ਰਹੀ ਹੋਵੇ, ਪਰ ਇਸ ਮਾਮਲੇ ਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ। ਚੀਨ ਦੇ ਵਿੱਚ ਸਭ ਤੋਂ ਵੱਡਾ ਖਤਰਾ ਅਤੇ ਚੀਨ ਦੇ ਵਿੱਚ ਸਭ ਤੋਂ ਵੱਧ ਹੁਣ ਤੱਕ ਲੋਕਾਂ ਦੀ ਮੌਤ ਹੋਈ ਹੈ, ਭਾਰਤ ਨਹੀਂ ਸਗੋਂ ਦੁਨੀਆਂ ਦੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ। ਇਹਦੇ ਕਰਕੇ ਬਹੁਤ ਵੱਡੇ ਪੱਧਰ
ਜਿਹਦੇ ਉੱਤੇ ਇਕੋਨਮੀ ਹੈ ਜਿਹੜੀ ਵੱਖੋ ਵੱਖਰੇ ਦੇਸ਼ਾਂ ਦੀ ਆਰਥਿਕਤਾ ਜਿਹੜੀ ਉਹ ਵੀ ਡਾਵਾਡੋਲ ਹੁੰਦੀ ਜਾ ਰਹੀ ਹੈ। ਪਿਛਲੇ ਦਿਨੀ ਇੰਗਲੈਂਡ ਤੋਂ ਵੀ ਇਹ ਖਬਰ ਆਈ ਸੀ ਕਿ ਉੱਥੋਂ ਦੀ ਵੀ ਆਰਥਿਕਤਾ ਦੇ ਉੱਤੇ ਅਸਰ ਪੈ ਰਿਹਾ। ਚੀਨ ਦੀ ਆਰਥਿਕਤਾ ਬਿਲਕੁਲ ਲੜਖੜਾ ਚੁੱਕੀ ਹੈ, ਭਾਰਤ ਦੀ ਆਰਥਿਕਤਾ ਦੇ ਉੱਤੇ ਵੀ ਇਹਦਾ ਅਸਰ ਪੈ ਸਕਦਾ ਹੈ। ਸੋ ਕੋਰੋਨਾ ਵਾਇਰਸ ਆਉਂਦੇ ਦਿਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰੂਗਾ ਅਤੇ ਕਿੰਨੇ ਕੁ ਲੋਕਾਂ ਦੀ ਲਪੇਟ ਦੇ ਵਿੱਚ ਆਉਣਗੇ, ਸਮੇਂ ਸਮੇਂ 'ਤੇ ਖਬਰਾਂ ਜੋ ਆਉਣਗੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਅੱਜ ਇੱਕ ਹੋਰ ਵੱਡੀ ਖਬਰ ਇਹ ਪ੍ਰਾਪਤ ਹੋਈ ਹੈ ਪੰਜਾਬ ਦੇ ਨਾਲ ਸੰਬੰਧਿਤ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਮੰਗ ਪੱਤਰ ਪਹੁੰਚਦਾ ਕੀਤਾ ਗਿਆ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਕਿਹੜੇ ਕਾਰਨਾਂ ਦੇ ਕਰਕੇ ਮਾਫ਼ੀ ਦਿੱਤੀ ਗਈ ਹੈ, ਜਿਹੜੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਹਦੇ ਵਿੱਚ ਦਖਲ ਅੰਦਾਜ਼ੀ ਸੀ, ਜਿਹੜੇ ਜਿਹੜੇ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਸੀ ਸਾਰਾ ਕੁਝ ਕਿ ਮਾਫ਼ੀ ਦਿੱਤੀ ਜਾਣੀ ਹੈ, ਕਿਹੜੇ ਕਾਰਨਾਂ ਕਰਕੇ ਦਿੱਤੀ ਜਾਣੀ ਹੈ, ਜਿਹੜੇ ਜਿਹੜੇ ਅਕਾਲੀ ਆਗੂਆਂ ਦੀ ਇਹਦੇ ਵਿੱਚ ਦਖਲ ਅੰਦਾਜ਼ੀ ਸੀ, ਉਹਨਾਂ ਸਾਰਿਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇ ਅਤੇ ਧਾਰਮਿਕ ਮਰਿਆਦਾ ਦੇ ਮੁਤਾਬਕ ਉਹਨਾਂ ਦੇ ਖਿਲਾਫ਼ ਪੰਥਕ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਨੂੰ ਧਾਰਮਿਕ ਸਜ਼ਾ ਵੀ ਲੱਗਣੀ ਚਾਹੀਦੀ ਹੈ ਅਤੇ ਉਹਨਾਂ ਦੇ ਖਿਲਾਫ਼ ਹੋਰ ਜਿਹੜੀ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਕਰਨੀ ਚਾਹੀਦੀ ਹੈ। ਵਾਰ ਵਾਰ ਹੁਣ ਤੱਕ ਆਪਾਂ ਸਾਰੇ ਜਾਣਦੇ ਹਾਂ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਜਿਹੜਾ ਕਿ ਇਸ ਵਕਤ ਰੋਹਤਕ ਦੀ ਸੁਨਾਰੀਆ ਦੀ ਜੇਲ੍ਹ ਦੇ ਵਿੱਚ ਬੈਠਾ, ਉਹਦੇ ਵੱਲੋਂ ਵੀ ਕੋਸ਼ਿਸ਼ਾਂ ਹੁਣ ਤੱਕ ਕਈ ਵਾਰ ਕੀਤੀਆਂ ਗਈਆਂ ਕਿ ਜ਼ਮਾਨਤ ਮਿਲ ਜੇ ਜਾਂ ਪੈਰੋਲ ਮਿਲ ਜੇ, ਹਾਲੇ ਤੱਕ ਉਹ ਉਹਦੇ ਵਿੱਚ ਸਫਲ ਨਹੀਂ ਹੋਇਆ। ਪਰ ਜਿਸ ਤਰੀਕੇ ਦੇ ਨਾਲ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ, ਇਹ ਨਹੀਂ ਪਤਾ ਕਿ ਕਾਰਵਾਈ ਹੋਣੀ ਆ ਜਾਂ ਫਿਰ ਨਹੀਂ। ਹਾਲਾਂਕਿ ਸਾਨੂੰ ਪਹਿਲੇ ਪ੍ਰਭਾਵ ਦੇ ਤਹਿਤ ਇਹੀ ਜਾਪਦਾ ਕਿ ਕਾਰਵਾਈ ਨਾਂ ਦੀ ਕੋਈ ਚੀਜ਼ ਨਹੀਂ ਹੋਣੀ, ਪਰ ਜੇਕਰ ਕਾਰਵਾਈ ਹੁੰਦੀ ਹੈ ਭਵਿੱਖ ਦੇ ਵਿੱਚ ਇਸ ਮਾਮਲੇ ਦੀ ਮੁੜ ਪੜਤਾਲ ਹੁੰਦੀ ਹੈ ਕਿ ਕਿਹੜੇ ਕਿਹੜੇ ਲੋਕਾਂ ਨੇ ਇਹਦੇ ਵਿੱਚ ਦਖਲ ਅੰਦਾਜ਼ੀ ਕੀਤੀ, ਕਿਹੜੇ ਕਿਹੜੇ ਲੋਕਾਂ ਦੀ ਇਹਦੇ ਵਿੱਚ ਮਿਲੀ ਭੁਗਤ ਸੀ, ਕਿਹੜੇ ਕਿਹੜੇ ਲੋਕਾਂ ਨੇ ਉਹ ਚਿੱਠੀ ਆਪਣੇ ਹੱਥੀਂ ਲਿਖੀ, ਨਾ ਕਿਸੇ ਲੈਟਰ ਹੈੱਡ ਦੇ ਉੱਤੇ ਲਿਖੀ, ਨਾ ਥੱਲੇ ਦਸਤਖਤ ਕੀਤੇ ਸੀ ਉਹਦੇ ਡੇਰਾ ਮੁਖੀ ਦੇ, ਨਾ ਹੀ ਉਹਦੀ ਲਿਖਾਈ ਸੀ, ਪਰ ਫਿਰ ਵੀ ਉਹਨੂੰ ਮਾਫ਼ੀ ਕਿਵੇਂ ਮਿਲ ਗਈ, ਇਹ ਇੱਕ ਬਹੁਤ ਵੱਡਾ ਮਸਲਾ। ਕਿਉਂਕਿ ਹੁਣ ਤੱਕ ਕਈ ਪੰਥਕ ਸ਼ਖਸੀਅਤਾਂ ਇਹ ਗੱਲ ਕਹਿ ਚੁੱਕੀਆਂ ਕਿ ਜੇਕਰ ਕਿਸੇ ਨੇ ਮਾਫ਼ੀ ਮੰਗਣੀ ਵੀ ਆ ਤਾਂ ਉਹ ਇੱਕ ਪ੍ਰਕਿਰਿਆ, ਉਹ ਇੱਕ ਨਿਯਮ ਆ ਕਿ ਸੰਬੰਧਿਤ ਵਿਅਕਤੀ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪੈਂਦਾ, ਉਹਦੇ ਵੱਲੋਂ ਕੀਤੇ ਗਏ ਗੁਨਾਹ ਦੀ ਮਾਫ਼ੀ ਮੰਗੀ ਜਾਂਦੀ ਹੈ, ਫਿਰ ਉਹਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਅਤੇ ਫਿਰ ਉਹਨੂੰ ਮੁਆਫ਼ ਕੀਤਾ ਗਿਆ ਮੰਨ ਲਿਆ ਜਾਂਦਾ। ਪਰ ਇਸ ਮਾਮਲੇ ਦੇ ਵਿੱਚ ਡੇਰਾ ਮੁਖੀ ਦੇ ਮਾਮਲੇ ਦੇ ਵਿੱਚ ਬਿਲਕੁਲ ਉਲਟ ਹੋਇਆ, ਨਾ ਉਹ ਆਪ ਆਇਆ, ਨਾ ਉਹਨੇ ਆਪ ਚਿੱਠੀ ਲਿਖੀ, ਨਾ ਉਹਦੇ ਨੁਮਾਇੰਦੇ ਉੱਥੇ ਪਹੁੰਚੇ ਅਤੇ ਮਾਫ਼ੀ ਉਹਨੂੰ ਫਿਰ ਵੀ ਦੇ ਦਿੱਤੀ ਗਈ। ਇਹ ਸਿਆਸੀ ਗਊਆਂ ਦੀ ਖਾਤਰ ਜੋ ਮਾਫ਼ੀ ਦਿੱਤੀ ਗਈ ਹੈ ਇਹਦੇ ਕਰਕੇ ਅਕਾਲੀ ਦਲ ਨੂੰ ਹੁਣ ਤੱਕ ਚੋਖਾ ਨੁਕਸਾਨ ਝੱਲਣਾ ਵੀ ਪਿਆ। ਪਰ ਜਿਸ ਤਰੀਕੇ ਦੇ ਨਾਲ ਹੁਣ ਵਾਰ ਵਾਰ ਇਸ ਗੱਲ ਦੀ ਮੰਗ ਉੱਠ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ, ਅਸੀਂ ਕੇਂਦਰ ਦੀ ਸਰਕਾਰ ਤੱਕ ਪਹੁੰਚ ਕਰਾਂਗੇ ਕਿ ਚੋਣਾਂ ਛੇਤੀ ਹੋਣੀਆਂ ਚਾਹੀਦੀਆਂ, ਅਕਾਲੀ ਦਲ ਦੇ ਵੱਲੋਂ ਜਾਣ ਬੁੱਝ ਕੇ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਇਹ ਗੱਲਾਂ ਛਿੜਦਿਆਂ ਛਿੜਦਿਆਂ ਹੁਣ ਇੱਕ ਵਾਰ ਫਿਰ ਮੰਗ ਪੱਤਰ ਦਿੱਤਾ ਗਿਆ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਦਾ ਕੀਤਾ ਗਿਆ ਕਿ ਉਸ ਮਾਮਲੇ ਨੂੰ ਯਾਨੀ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਵੱਲੋਂ ਜੋ ਕਿ ਉਸ ਵਕਤ ਸੀ ਅਤੇ ਬਾਕੀ ਤਖ਼ਤਾਂ ਦੇ ਜਥੇਦਾਰ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਦੋ ਜਥੇਦਾਰ ਇਸ ਗੱਲ ਦਾ ਖੁਲਾਸਾ ਵੀ ਕਰ ਚੁੱਕੇ ਆ ਕਿ ਕਿਹੜੇ ਕਿਹੜੇ ਕਾਰਨਾਂ ਦੇ ਕਰਕੇ ਅਸੀਂ ਮਾਫ਼ੀ ਦਿੱਤੀ ਅਤੇ ਕਿਉਂ ਸਾਨੂੰ ਮਾਫ਼ੀ ਦੇਣੀ ਪਈ ਅਤੇ ਸਾਡੀ ਕਿਤੇ ਪੇਸ਼ ਕਿਵੇਂ ਨਹੀਂ ਚੱਲੀ, ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਇਹ ਪੜਤਾਲ ਹੋਊ, ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਊ ਜਿਨ੍ਹਾਂ ਦੇ ਨਾਂ ਹੁਣ ਤੱਕ ਬੋਲੇ ਆ, ਜਾਂ ਇਸ ਪੱਤਰ ਨੂੰ ਬਿਲਕੁਲ ਹੁਣ ਠੰਡੇ ਬਸਤੇ ਦੇ ਵਿੱਚ ਜਿਵੇਂ ਕਿ ਅੱਜ ਤੱਕ ਪਹਿਲਾਂ ਕਈ ਥਾਵਾਂ ਦੇ ਉੱਤੇ ਪਏ ਆ ਉਵੇਂ ਪਾ ਦਿੱਤਾ ਜਾਊਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਡੇਰਾ ਸੱਚਾ ਸੌਦਾ ਮੁਖੀ ਨੂੰ 2015 ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੰਗੇ ਮਾਫ਼ੀ ਦੇਣ ਦੇ ਵਿਰੋਧ ਦਾ ਮਾਮਲਾ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਗਿਆ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਅਕਾਲ ਤਖ਼ਤ ਦੇ ਸਕੱਤਰਿਤ ਦੇ ਵਿੱਚ ਇੱਕ ਪੱਤਰ ਸੌਂਪ ਕੇ ਮਾਫ਼ੀ ਦਾ ਫੈਸਲਾ ਕਰਨ ਵਾਲੇ ਔਰੋਂ ਦੇ ਜਥੇਦਾਰਾਂ ਅਤੇ ਇਸ ਫੈਸਲੇ ਦਾ ਸਮਰਥਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਕਾਲੀ ਆਗੂਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਅਕਾਲ ਤਖ਼ਤ ਸਾਹਿਬ ਨੂੰ ਸੌਂਪੇ 4 ਸਫ਼ਿਆਂ ਦੇ ਇਸ ਪੱਤਰ ਦੇ ਵਿੱਚ ਸਾਬਕਾ ਸਕੱਤਰ ਨੇ 2000 ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਦਾ ਵੇਰਵਾ ਦਿੱਤਾ ਹੈ। ਇਸ ਪੱਤਰ ਦੇ ਵਿੱਚ ਉਹਨਾਂ ਕਈ ਅਜਿਹੇ ਮਾਮਲੇ ਉਭਾਰੇ ਨੇ ਜਿਨ੍ਹਾਂ ਕਰਕੇ ਨਾ ਸਿਰਫ ਸਿੱਖ ਸੰਸਥਾ ਸਗੋਂ ਸਿੱਖਾਂ ਨੂੰ ਵੀ ਨਮੋਸ਼ੀ ਝੱਲਣੀ ਪਈ ਹੈ। ਉਹਨਾਂ ਆਖਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਸ ਵੇਲੇ ਦੇ ਜਥੇਦਾਰਾਂ ਨੇ ਹੁਕਮਰਾਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨਾਲ ਸਿੱਖਾਂ ਦੀ ਸਰਵ ਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲੱਗੀ ਹੈ। ਉਹਨਾਂ ਸਤੰਬਰ 2015 ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿੱਤੇ ਜਾਣ ਦੇ ਮਾਮਲੇ ਵਿੱਚ ਕਿਹਾ ਕਿ ਦੋ ਜਥੇਦਾਰਾਂ ਵੱਲੋਂ ਬਾਅਦ ਵਿੱਚ ਮੁਆਫ਼ੀ ਦਿੱਤੇ ਜਾਣ ਪਿਛਲੀ ਸੱਚਾਈ ਦਾ ਪਰਦਾਫਾਸ਼ ਕੀਤਾ ਜਾ ਚੁੱਕਿਆ। ਉਹਨਾਂ ਨੇ ਕਿਹਾ ਕਿ ਜਦੋਂ ਮਾਫ਼ੀ ਦਿੱਤੀ ਗਈ ਸੀ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ
ਕਮੇਟੀ ਦੇ ਮੁਲਾਜ਼ਮਾਂ ਨੇ ਵੀ ਵਿਰੋਧ ਕੀਤਾ ਸੀ। ਪੰਜ ਪਿਆਰਿਆਂ ਨੇ ਵਿਰੋਧ ਕਰਦਿਆਂ ਜਥੇਦਾਰ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਿਆ ਸੀ, ਪਰ ਹੁਕਮਰਾਨਾਂ ਨੇ ਪੰਜ ਪਿਆਰਿਆਂ ਨੂੰ ਹੀ ਨੌਕਰੀ ਤੋਂ ਫਾਰਗ ਕਰ ਦਿੱਤਾ। ਸੱਚ ਦਾ ਪਰਦਾਫਾਸ਼ ਕਰਨ ਵਾਲੇ ਜਥੇਦਾਰਾਂ ਦਾ ਹੋਰ ਥਾਂ ਦੇ ਉੱਤੇ ਤਬਾਦਲਾ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਫੈਸਲੇ ਦਾ ਸ਼੍ਰੋਮਣੀ ਕਮੇਟੀ ਦੀ ਉਸ ਵੇਲੇ ਦੀ ਅੰਤਰਿਮ ਕਮੇਟੀ ਨੇ ਸਮਰਥਨ ਕਰਦਿਆਂ ਲੱਖਾਂ ਦੇ ਇਸ਼ਤਿਹਾਰ ਦਿੱਤੇ। ਸੰਗਤ ਦੇ ਰੋਸ ਨੂੰ ਵੇਖਦਿਆਂ ਜਥੇਦਾਰਾਂ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਮੰਗ ਕੀਤੀ ਗਈ ਕਿ ਇਸ ਮਾਮਲੇ ਵਿੱਚ ਉਦੋਂ ਦੇ ਜਥੇਦਾਰਾਂ ਸਮੇਤ ਫੈਸਲੇ ਦਾ ਸਮਰਥਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂਆਂ ਦੇ ਖਿਲਾਫ਼ ਅਕਾਲ ਤਖ਼ਤ ਸਾਹਿਬ ਤੋਂ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਇੱਥੇ ਤਲਬ ਕੀਤਾ ਜਾਵੇ ਅਤੇ ਸਪਸ਼ਟੀਕਰਨ ਲਏ ਜਾਣ। ਇਹ ਪੱਤਰ ਸਕੱਤਰੇਤ ਦੇ ਵਿੱਚ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਸੌਂਪਿਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ ਅਤੇ ਜਿਸ ਤਰੀਕੇ ਦੇ ਨਾਲ ਅਤੀਤ ਨੂੰ ਅਸੀਂ ਚੇਤੇ ਕਰਦੇ ਹਾਂ, 15 ਤੋਂ ਲੈ ਕੇ ਹੁਣ ਤੱਕ ਦੇ ਵੱਲ ਜੇਕਰ ਪੰਛੀ ਝਾਤ ਪਾ ਗਏ ਤਾਂ ਸਭ ਕੁਝ ਫਿਲਮੀ ਦ੍ਰਿਸ਼ ਦੇ ਵਾਂਗ ਅੱਖਾਂ ਦੇ ਮੂਹਰੇ ਆ ਜਾਂਦਾ। ਜਾਣਦੇ ਆਪਾਂ ਸਾਰੇ ਹੀ ਆ ਕਿ ਕਿਸ ਤਰੀਕੇ ਨਾਲ ਡੇਰਾ ਮੁਖੀ ਦੀ ਫਿਲਮ ਲੱਗਣੀ ਸੀ, ਉਸ ਫਿਲਮ ਦਾ ਵਿਰੋਧ ਹੋ ਰਿਹਾ ਸੀ, ਉਸ ਫਿਲਮ ਦੀ ਰਿਲੀਜ਼ਿੰਗ ਦੇ ਲਈ ਰਾਹ ਪੱਧਰਾ ਕਰਨ ਦੇ ਲਈ ਬਹੁਤ ਕੁਝ ਕੀਤਾ ਗਿਆ। ਆਪਾਂ ਸਾਰੇ ਜਾਣਦੇ ਕਿ ਡੇਰਾ ਸਿਰਸਾ ਮੁਖੀ ਦੇ ਉੱਤੇ ਦੋਸ਼ ਲੱਗਾ ਕਿ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਂਗ ਸਵਾਂਗ ਰਚਾਇਆ। ਜਦੋਂ ਚਾਰੇ ਪਾਸਿਓਂ ਘੇਰਾ ਪੈ ਗਿਆ, ਉਸ ਵਕਤ ਚੋਣਾਂ ਦੇ ਵਿੱਚ ਵੀ ਲਾਭ ਲੈਣ ਦੇ ਲਈ ਕਈ ਤਰ੍ਹਾਂ ਦੇ ਹਰਬੇ ਵਰਤੇ ਗਏ ਅਤੇ ਅਚਾਨਕ ਮਾਫ਼ੀ ਦੇ ਦਿੱਤੀ ਗਈ। ਮਾਫ਼ੀ ਕਿਵੇਂ ਦਿੱਤੀ ਗਈ ਇਹਦੇ ਬਾਬਤ ਬਾਅਦ ਦੇ ਵਿੱਚ ਕੁਝ ਜਥੇਦਾਰਾਂ ਨੇ ਖੁੱਡ ਦੱਸਿਆ, ਕੁਝ ਕੁ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਅਤੇ ਹੁਣ ਤੱਕ ਇਹ ਮਾਮਲਾ ਉਲਝਣ ਦੇ ਵਿੱਚ ਆ, ਇਹਦਾ ਕੋਈ ਨਿਤਾਰਾ ਹੋਇਆ ਨਹੀਂ। ਉਸ ਤੋਂ ਬਾਅਦ ਆਪਾਂ ਜਾਣਦੇ ਕਿ ਲੱਖਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ। ਪਹਿਲਾਂ ਮਾਫ਼ੀ ਦਿੱਤੀ ਗਈ, ਫਿਰ ਮਾਫ਼ੀ ਵਾਪਸ ਲੈ ਲਈ ਗਈ। ਕਹਿਣ ਦਾ ਭਾਵ ਇਹ ਹੈ ਕਦੇ ਮਰ ਚਿੜੀਏ ਅਤੇ ਕਦੇ ਜਿਉਂ ਚਿੜੀਏ ਇਸ ਮਾਮਲੇ ਦੇ ਉੱਤੇ ਕੀਤਾ ਗਿਆ। ਪਰ ਹੁਣ ਜਿਸ ਤਰੀਕੇ ਦੇ ਨਾਲ ਇੱਕ ਮੰਗ ਪੱਤਰ ਦਿੱਤਾ ਗਿਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਦੇ ਉੱਤੇ, ਕੀ ਇਸ ਮੰਗ ਪੱਤਰ ਦੇ ਉੱਤੇ ਕੋਈ ਕਾਰਵਾਈ ਹੋਊ? ਜੇਕਰ ਕਾਰਵਾਈ ਹੁੰਦੀ ਹੈ, ਸੱਚੇ ਦਿਲੋਂ ਕਾਰਵਾਈ ਹੁੰਦੀ ਹੈ, ਪੰਥਕ ਮਰਿਆਦਾ ਦੇ ਮੁਤਾਬਕ ਜੇਕਰ ਕਾਰਵਾਈ ਹੁੰਦੀ ਹੈ ਅਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੇਕਰ ਕਾਰਵਾਈ ਹੁੰਦੀ ਹੈ, ਤਾਂ ਫਿਰ ਜਿਹੜੇ ਜਿਹੜੇ ਲੋਕਾਂ ਦੇ ਨਾਂ ਹੁਣ ਤੱਕ ਇਸ ਮਾਮਲੇ ਵਿੱਚ ਗੂੰਜੇ ਆ, ਜਥੇਦਾਰ ਸਾਹਿਬ ਉਹਨਾਂ ਮਾਮਲਿਆਂ ਦੇ ਉੱਤੇ ਕੀ ਕਾਰਵਾਈ ਕਰਨਗੇ, ਇਹ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ। ਜਥੇਦਾਰ ਸਾਹਿਬ ਨੇ ਸਮੇਂ-ਸਮੇਂ ਦੇ ਉੱਤੇ ਇਸ ਮਾਮਲੇ ਦੇ ਉੱਤੇ ਆਪਣੇ ਵੱਲੋਂ ਸਫਾਈ ਦੇ ਕੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਹੌਲੀ-ਹੌਲੀ ਇਸ ਮਾਮਲੇ ਨੇ ਆਪਣਾ ਸਿਰ ਚੁੱਕਿਆ। ਇੱਕ ਵਾਰ ਇਹਨੇ ਹੁਣ ਫਿਰ ਸਿਰ ਚੁੱਕਿਆ। ਇਸ ਵਕਤ ਡੇਰਾ ਮੁਖੀ ਜੇਲ੍ਹ ਦੇ ਵਿੱਚ ਹੈ, ਉਹਦੀ ਜਿਹੜੀ ਮੂੰਹ ਬੋਲੀ ਧੀ ਆ ਉਹ ਇਸ ਵਕਤ ਬਾਹਰ ਹੈ ਅਤੇ ਉਹਦੇ ਵੱਲੋਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਡੇਰੇ ਦੇ ਵਿੱਚ ਪੈਰ ਪੱਕੇ ਕੀਤੇ ਜਾਣ, ਪਰ ਸਾਰੇ ਕੁਝ ਨੂੰ ਦੇਖਦਿਆਂ ਇਹ ਗੱਲ ਕਹਿਣੀ ਬਣਦੀ ਹੈ ਕਿ ਇੱਕ ਵਾਰ ਆਉਂਦੇ ਸਮੇਂ ਦੇ ਵਿੱਚ ਜਿਵੇਂ-ਜਿਵੇਂ ਵੋਟਾਂ ਨੇੜੇ ਆਉਣਗੀਆਂ, ਹਾਲਾਂਕਿ 2 ਵਾਰੇ ਬਾਕੀ ਪਏ ਆ, ਉਦੋਂ ਤੱਕ ਬਹੁਤ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਆਧਾਰਿਤ ਹੋਣਾ ਬਾਕੀ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਜਿਹੜੀਆਂ ਕਿ ਆਉਂਦੇ ਕੁਝ ਕੁ ਮਹੀਨਿਆਂ ਦੇ ਵਿੱਚ ਹੋਣਗੀਆਂ, ਇਹ ਗੱਲ ਪੱਕੀ ਹੈ। ਉਹਦੇ ਤਹਿਤ ਹੁਣ ਤੱਕ ਜੋ-ਜੋ ਕੁਝ ਹੋਇਆ ਉਹਨੂੰ ਉਭਾਰਨ ਦੇ ਲਈ ਅਤੇ ਕਈ ਨਵੇਂ ਮੁੱਦੇ ਚੁੱਕਣ ਦੇ ਲਈ ਦਿਨ ਰਾਤ ਇੱਕ ਕੀਤੀ ਜਾਣੀ ਹੈ ਅਤੇ ਕੀਤੀ ਵੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਖਤਮ ਹੋ ਗਿਆ। 20 ਫਰਵਰੀ ਤੋਂ ਸ਼ੁਰੂ ਹੋਇਆ, ਅੱਜ 4 ਮਾਰਚ ਨੂੰ ਸਮਾਪਤ ਹੋ ਗਿਆ। ਇਸ ਬਜਟ ਸੈਸ਼ਨ ਦੀ ਜੇਕਰ ਅਸੀਂ ਕੁੱਲ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਵਿੱਚੋਂ ਕੀ ਕੱਢਿਆ ਪਾਇਆ ਲੋਕਾਂ ਨੇ, ਇਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਅਤੇ ਪੁੱਛਣ ਦੀ ਲੋੜ ਨਹੀਂ। ਐਤਕੀ ਦੇ ਇਸ ਸੈਸ਼ਨ ਦੇ ਵਿੱਚ ਵੱਡੇ ਤੋਂ ਵੱਡੇ ਅਤੇ ਕਮਾਲ ਦੇ ਡਰਾਮੇ ਹੋਏ ਆ। ਕਦੇ ਕੋਈ ਲੋਲੀਪੋਪ ਲੈ ਕੇ ਵਿਧਾਨ ਸਭਾ ਦੇ ਬਾਹਰ ਆ ਗਿਆ, ਕਦੇ ਕੋਈ ਛਣਕਣੇ ਲੈ ਕੇ ਬਾਹਰ ਆ ਗਿਆ, ਅਤੇ ਅੱਜ ਵਿਰੋਧੀ ਪਾਰਟੀਆਂ ਦੇ ਕੁਝ ਆਗੂਆਂ ਨੇ ਕਾਲੇ ਰੰਗ ਦੇ ਗੁਬਾਰੇ ਅਸਮਾਨ ਦੇ ਵਿੱਚ ਛੱਡੇ ਆ। ਇਹ ਗੱਲ ਕਹੀ ਹੈ ਕਿ ਭ੍ਰਿਸ਼ਟਾਚਾਰ ਬਹੁਤ ਹੈ, ਇਹ ਗੱਲ ਕਹੀ ਹੈ ਜੀ ਕਿ ਕੋਈ ਵੀ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕੀਤਾ, ਯਾਨੀ ਕਿ ਇੱਕ ਦਿਨ ਦੇ ਵਿੱਚ ਲੱਖਾਂ ਰੁਪਈਆ ਆਮ ਲੋਕਾਂ ਦੀ ਜੇਬ ਦੇ ਵਿੱਚੋਂ ਖਰਚ ਹੁੰਦਾ ਇਸ ਸੈਸ਼ਨ ਦੇ ਉੱਤੇ, ਅਤੇ ਭੰਗ ਦੇ ਭਾਣੇ ਉਹ ਪੈਸੇ ਗਏ ਆ ਅਤੇ ਕੋਈ ਵੀ ਪੰਜਾਬ ਦਾ ਮੁੱਦਾ ਸਿਰ ਜੋੜ ਕੇ ਵਿਚਾਰਿਆ ਨਹੀਂ ਗਿਆ। ਚਲੰਤ ਮੁੱਦਿਆਂ ਦੇ ਉੱਤੇ ਬਹਿਸਬਾਜ਼ੀ ਵੀ ਹੋਈ ਹੈ, ਚਲੰਤ ਮੁੱਦਿਆਂ ਦੇ ਉੱਤੇ ਵਾਕਆਊਟ ਤੋਂ ਬਿਨਾਂ ਅਤੇ ਬਾਹਰ ਆ ਕੇ ਪ੍ਰਦਰਸ਼ਨ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੋਇਆ, ਪਰ ਕੀ ਇਹ ਪ੍ਰਦਰਸ਼ਨ ਅਤੇ ਕੀ ਇਹ ਵਾਕਆਊਟ ਪੰਜਾਬ ਪੱਖੀ ਹੈ? ਕੀ ਲੋਕਾਂ ਨੇ ਸਿਰਫ ਅਤੇ ਸਿਰਫ ਵੋਟਾਂ ਇਹਨਾਂ ਵਾਕਆਊਟਾਂ ਦੇ ਲਈ ਪਾਈਆਂ? ਕੀ ਇਹਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਲੱਗਦਾ ਹੈ? ਜਾਂ ਅਗਲੇ ਜਿੰਨੇ ਵੀ ਸੈਸ਼ਨ ਹੋਣਗੇ ਕੀ ਇਹ ਸਾਰਾ ਡਰਾਮਾ ਇਵੇਂ ਚੱਲਦਾ ਰਹੂਗਾ, ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ? ਪਰ ਅੱਜ ਪ੍ਰਗਟ ਸਿੰਘ ਦੇ ਵੱਲੋਂ ਆਪਣੀ ਹੀ ਸਰਕਾਰ ਨੂੰ ਫੇਰ ਘੇਰਿਆ ਗਿਆ। ਆਪਾਂ ਜਾਣਦੇ ਕਿ ਪ੍ਰਗਟ ਸਿੰਘ ਨੇ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ, ਉਸ ਚਿੱਠੀ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਵੱਡੀ ਚਰਚਾ ਹੋਈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟ ਸਿੰਘ ਨੂੰ ਚੰਡੀਗੜ੍ਹ ਦੇ ਵਿੱਚ ਸੱਦ ਕੇ ਮੀਟਿੰਗ ਵੀ ਕੀਤੀ, ਪਰ ਅੱਜ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਪ੍ਰਗਟ ਸਿੰਘ ਦੇ ਵੱਲੋਂ ਫਿਰ ਨਵੀਆਂ ਗੱਲਾਂ ਕਹੀਆਂ ਗਈਆਂ, ਜਿਹਦੇ ਕਰਕੇ ਪ੍ਰਗਟ ਸਿੰਘ ਦੀ ਨਾਰਾਜ਼ਗੀ ਹਾਲੇ ਤੱਕ ਜੱਗ ਜ਼ਾਹਰ ਹੈ। ਇਉਂ ਲੱਗਦਾ ਕਿ ਪ੍ਰਗਟ ਸਿੰਘ ਸੰਤੁਸ਼ਟ ਨਹੀਂ ਅਤੇ ਨਾ ਹੀ ਉਹਨਾਂ ਨੂੰ ਸੰਤੁਸ਼ਟ ਕਰਨ ਦੇ ਲਈ ਕੋਈ ਵੱਡਾ ਉੱਦਮ ਕੀਤਾ ਗਿਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਇਜਲਾਸ ਦਾ ਆਖਰੀ ਦਿਨ ਵੀ ਹੰਗਾਮੇ ਭਰਪੂਰ ਰਿਹਾ। ਇੱਕ ਪਾਸੇ ਜਿੱਥੇ ਬਜਟ ਇਜਲਾਸ ਦੇ ਆਖਰੀ ਦਿਨ ਵੀ ਸਦਨ ਦੇ ਬਾਹਰ ਵਿਰੋਧੀਆਂ ਵੱਲੋਂ ਕਾਂਗਰਸ ਖਿਲਾਫ ਲਗਾਤਾਰ ਹੰਗਾਮਾ ਕੀਤਾ ਗਿਆ, ਉੱਥੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਆਪਣੀ ਸਰਕਾਰ ਦੇ ਉੱਤੇ ਵੱਡਾ ਹਮਲਾ ਕੀਤਾ। ਕਾਂਗਰਸ ਦੇ ਵਿਧਾਇਕ
फेस वैल्यू नहीं रही। प्रगट सिंह ने बहबल कलां मामले में स्पीकर साहब नूं हल कढ़न की नसीहत देंदे हुए कहा कि बहबल कलां मामले में हाले तक चार्ज फ्रेम नहीं हो सकिया। स्पीकर जी तुसीं कोई हल कढ़ो। उन्हां कहा कि स्पीकर इस मामले में एक कमेटी बना दी जाए तां कि दुध दा दुध ते पानी दा पानी बाहर आवे। प्रगट सिंह ने कहा कि पंजाब दे लोक लगातार महंगी बिजली तो प्रभावित ने, इस दे बावजूद असीं कोई राहत नहीं दे रहे। उन्हां कहा कि पावर एग्रीमेंट दे उत्ते गल बहुत होई पर कम कोई नहीं होया, साडा अक्स लगातार खराब हुंदा जा रहा। इस खबर के उत्ते टिप्पणी कर रहे दोस्तों, पहली गल तो असं कहेंगे विधानसभा दे विच ओ भावें किसी भी सूबे की विधानसभा होवे ते देश की पार्लीमेंट होवे, भावें इत्थे यही ड्रामे होंगे जिहड़ी कि दुख की गल है। ये ड्रामे कदों रुकणगे, कदों मुकणगे ते लोक पक्षी गल्लां कदों होणगियां, इहदे वल सब दी जिहड़े कि सिर तों कम लैण वाले लोक उहनां दी निगाह टिकी होई है। दुख इस गल दा है कि सारे ही विरोधी इह गल कहिंदे हुंदे आ कि विधानसभा दे सैशन दे समें च वाधा कीता जावे, पर घट होवे समां जां वध होवे, इत्थे सिर्फ ते सिर्फ विरोध वाकआउट ते स्पीकर दे नाल मत्था लाउणा ते कागज़ पाड़ ते हो हल्ला मचाउणा हुंदा, जदकि पंजाब दे मुद्दे इहो जे आ जिहड़े अंदर खड़ के सत्ताधारी धिर नूं जेकर घेरिया जावे तां शायद कुछ ना कुछ नतीजा सामने आवे। सत्ताधारी धिर तां खुद इह चाहुंदी हुंदी आ कि वाकआउट हो जावे ते असीं गैरहाजरी दे विच कई बिल आ जिहड़े ओह पास कर लईए, ते इदां हुंदे वी रहिंदे आ। पता नहीं इह पिरत जिहड़ी पई है इह कदों रुकणी जां मुकणी आ। खबरां दोस्तों कई होर वी सन पर जो वक्त दी घाट है इह रुकण दा इशारा कर रही है। कल नूं इसे वेले खबर दी खबर लै के फिर हाज़र होवांगे। उदों तक लई आग्या दिओ। बहुत बहुत मेहरबानी।